ਨਵਾਂਸ਼ਹਿਰ ਦੀ ਐਫ ਸੀ ਆਈ ਦੇ ਕਰਿਆਮ ਰੋਡ ਉੱਤੇ ਸਥਿਤ ਗੋਦਾਮ ਵਿੱਚ ਹੋਣ ਵਾਲੇ ਟਰੱਕਾਂ ਦੀ ਲੋਡਿੰਗ ਕਪੈਸਿਟੀ ਨੂੰ ਲੈ ਕੇ ਨਵਾਂਸ਼ਹਿਰ ਐਫ ਸੀ ਆਈ ਦੇ ਮੁਲਾਜ਼ਮ ਅਤੇ ਕਣਕ ਦੀ ਢੁਆਈ ਦੇ ਠੇਕੇਦਾਰ ਹੋਏ ਆਮਨੂ ਸਾਹਮਣੇ। ਪਹਿਲੀ ਧਿਰ ਦਾ ਕਹਿਣਾ ਹੈ ਕਿ ਕਣਕ ਦੀ ਲੋਡਿੰਗ ਕਰਵਾਉਣ ਵਾਲਾ ਠੇਕੇਦਾਰ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਤੋਂ ਉਲਟ ਵਾਧੂ ਲੋਡਿੰਗ ਕਰਵਾ ਕੇ ਲੇਬਰ ਅਤੇ ਟਰੱਕ ਡਰਾਈਵਰਾਂ ਦੇ ਨਾਲ ਧੱਕਾ ਕਰ ਰਿਹਾ ਹੈ। ਉਹਨਾਂ ਮੀਡੀਆ ਨੂੰ ਦੱਸਿਆ ਕਿ ਸਰਕਾਰ ਵੱਲੋਂ ਟਰੱਕਾਂ ਵਿੱਚ 9 ਟਨ ਭਰਨ ਦੀ ਪਰਮਿਸ਼ਨ ਦਿੱਤੀ ਹੈ, ਪਰੰਤੂ ਠੇਕੇਦਾਰ ਧੱਕੇ ਨਾਲ 12 ਟਨ ਭਾਰ ਲੋਡ ਕਰਵਾ ਰਿਹਾ ਹੈ। ਉਹਨਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਹ ਸਭ ਐਫ ਸੀ ਆਈ ਵਿਭਾਗ ਦੀ ਮਿਲੀ ਭੁਗਤ ਨਾਲ ਹੋ ਰਿਹਾ ਹੈ ਅਤੇ ਉਹਨਾਂ ਨੇ ਇਸ ਦੀ ਜਾਂਚ ਕਰਵਾਉਣ ਦੇ ਲਈ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ। ਦੂਜੇ ਪਾਸੇ ਇਸ ਕੰਮ ਦੇ ਠੇਕੇਦਾਰ ਨੇ ਇਹਨਾਂ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਕੁਝ ਲੋਕ ਬਿਨਾਂ ਵਜ੍ਹਾ ਇਹ ਕੰਮ ਰੁਕਵਾ ਕੇ ਉਸਦਾ ਨੁਕਸਾਨ ਕਰਨਾ ਚਾਹੁੰਦੇ ਨੇ। ਉਹਨਾਂ ਕਿਹਾ ਕਿ ਸਰਕਾਰੀ ਗਜ਼ਟ ਮੁਤਾਬਿਕ ਇਹਨਾਂ ਟਰੱਕਾਂ ਵਿੱਚ 11 ਟਨ ਤੱਕ ਮਾਲ ਲੋਡ ਕੀਤਾ ਜਾ ਸਕਦਾ ਹੈ। ਉਹਨਾਂ ਵੱਲੋਂ ਫਿਰ ਵੀ ਟਰੱਕਾਂ ਵਿੱਚ ਘੱਟ ਹੀ ਲੋਡਿੰਗ ਕੀਤੀ ਜਾ ਰਹੀ ਹੈ। ਠੇਕੇਦਾਰ ਨੇ ਇੰਝ ਵੀ ਦੱਸਿਆ ਕਿ ਕੰਮ ਵਿੱਚ ਰੁਕਾਵਟ ਪਾਉਣ ਸੰਬੰਧੀ ਇਹਨਾਂ ਖਿਲਾਫ਼ ਪਹਿਲਾਂ ਹੀ ਸ਼ਿਕਾਇਤ ਕੀਤੀ ਹੋਈ ਹੈ। ਦੂਜੇ ਪਾਸੇ ਇਸ ਸੰਬੰਧੀ ਡੀਪੂ ਦੇ ਮੈਨੇਜਰ ਮਨੋਜ ਕੁਮਾਰ ਕੋਲੋਂ ਜਾਣਕਾਰੀ ਲੈਣੀ ਚਾਹੀਦਾ। ਉਹਨਾਂ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਧਿਆਨ ਵਿੱਚ ਹੁਣੇ ਹੀ ਆਇਆ ਹੈ, ਕਿਸੇ ਨੂੰ ਵੀ ਸਰਕਾਰੀ ਨਿਯਮਾਂ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਇਸ ਸੰਬੰਧੀ ਜਾਂਚ ਲਈ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਉਹਨਾਂ ਦੀ ਉਲੰਘਣਾ ਕਰਦੇ ਪਏ ਜੀ, ਕੋਰਟ ਐਂਡ ਕੰਟੈਂਪਟ ਲਾਗੂ ਹੋਣਾ ਇਹਨਾਂ ਦਾ, ਕੋਰਟ ਐਂਡ ਕੰਡਕਟ ਲੱਗਣਾ। ਅਸੀਂ ਹਾਈ ਕੋਰਟ ਵੀ ਜਾਣਾ, ਹਾਈ ਕੋਰਟ ਦੇ ਕਾਨੂੰਨਾਂ ਦੀ ਉਲੰਘਣਾ ਕਰਦੇ ਆ। ਹਾਈ ਕੋਰਟ ਨੇ ਆਰਡਰ ਕੀਤੇ ਵੀ ਆ, ਹੈਗਾ ਜੀ ਆਰਡਰ, ਹਾਂਜੀ ਆਰਡਰ, ਆਹ ਹੈਗਾ ਜੀ ਹਾਈ ਕੋਰਟ ਦੇ ਆਰਡਰ ਹੋਏ ਵੀ ਨਿਯਮ ਕੰਮ ਚੱਲੇ ਜੀ, ਜਿੰਨੇ ਟਨ ਗੱਡੀ ਪਾਸ ਆ ਉਨੇ। ਹਾਂਜੀ ਗੱਡੀਆਂ ਇੰਸ਼ੋਰੈਂਸ ਦੇ ਬਗੈਰ ਵੀ ਹੈ ਜੀ, ਪੇਪਰ ਹੈ ਨਹੀਂ ਕਿਸੇ ਦੇ। ਫਿਰ ਉਹ ਡਰਾਈਵਰ ਦੀ ਗਲਤੀ ਹੈ ਕਿ ਐਫ ਸੀ ਆਈ ਵਾਲਿਆਂ ਦੀ ਗਲਤੀ ਹੈ? ਐਫ ਸੀ ਆਈ ਵਾਲਿਆਂ ਦੀ ਗਲਤੀ ਹੈ ਜੀ। ਓਕੇ, ਡਰਾਈਵਰ ਦੀ ਗਲਤੀ? ਡਰਾਈਵਰ ਨਹੀਂ, ਡਰਾਈਵਰ ਦੀ ਕੋਈ ਗਲਤੀ ਨਹੀਂ। ਉਹ ਕਿਦਾਂ ਡਰਾਈਵਰ ਜੇ ਕਹਿਣਗੇ ਤਾਂ ਹੀ ਕਰਾਊਗਾ ਇੰਸ਼ੋਰੈਂਸ, ਨਹੀਂ ਉਹ ਕਰਾਉਂਦੇ ਨਹੀਂ। ਆਪਣੇ ਫਾਇਦੇ ਲਈ ਤਾਂ ਆਪ ਵੀ ਕਰਾ ਸਕਦੇ ਆ ਨਾ? ਨਹੀਂ ਉਹ ਕਰਾ ਸਕਦੇ ਜੀ, ਹਾਂਜੀ ਕਿਰਾਇਆ, ਕਿਰਾਇਆ ਘੱਟ ਹੈ ਜੀ। ਆਰਸੀ ਗੱਡੀ ਦਾ ਆਰਸੀ ਵੀ ਨਹੀਂ ਫਿਰਦਾ ਜੀ? ਹੋ ਸਕਦਾ ਜੀ, ਨਹੀਂ ਵੀ ਹੈ ਗੱਡੀਆਂ ਦੀਆਂ, ਉਹ ਤਾਂ ਚੈੱਕ ਕਰਨੀ ਹੈ ਜੀ, ਐਫ ਸੀ ਆਈ ਨੇ ਕੰਮ ਚੈੱਕ ਕਰਨੀ ਹੈ ਜੀ। ਉਹ ਸਿਰਫ ਏ ਐਮ ਐਫ ਸੀ ਜਿਹੜੇ ਧੱਕੇ ਨਾਲ ਪਾ ਰਹੇ ਇਹਨਾਂ ਦੀ ਮਿਲੀ ਭੁਗਤ, ਇਹਨਾਂ ਦੀ ਮਿਲੀ ਭੁਗਤ ਜੀ। ਮੇਰਾ ਨਾਮ ਹੈ ਜੀ, ਅਸੀਂ ਐਫ ਸੀ ਆਈ ਨਵਾਂਸ਼ਹਿਰ ਦੇ ਵਿੱਚ ਸਾਡਾ ਠੇਕਾ ਚੱਲ ਰਿਹਾ ਜੀ। ਕੁਝ ਲੋਕਾਂ ਵੱਲੋਂ ਪਰੇਸ਼ਾਨੀ ਦਾ ਸਾਹਮਣਾ ਸਾਨੂੰ ਕਰਨਾ ਪੈ ਰਿਹਾ ਜੀ, ਕਿਉਂਕਿ ਨਾ ਤਾਂ ਇੱਥੇ ਕਿਸੇ ਨੂੰ ਹੋਰ ਪ੍ਰੋਬਲਮ ਹੈ ਸਰ। ਅਸੀਂ ਭਾਰਤ ਸਰਕਾਰ ਦੇ ਗਜਟ ਅਨੁਸਾਰ ਅਤੇ ਪੰਜਾਬ ਦੇ ਵਿੱਚ ਜੋ ਮਾਲ ਪੈ ਰਿਹਾ ਉਹਦੇ ਨਾਲੋਂ ਅਸੀਂ ਇੱਕ ਟਨ ਘੱਟ ਮਾਲ ਪਾ ਕੇ ਲੋਡਿੰਗ ਕਰ ਰਹੇ ਹਾਂ। ਕੁਝ ਲੋਕਾਂ ਦੇ ਨਾਲ ਅਸੀਂ ਮਾਨਯੋਗ ਡੀ ਸੀ ਸਾਹਿਬ ਦੇ 11 ਟਨ ਹੈ ਜੀ, ਅਸੀਂ 11 ਟਨ ਪਾ ਰਹੇ ਸਰ। ਕਿੰਨੇ ਘੰਟੇ ਤੁਸੀਂ ਲੋਡ ਕਰ ਸਕਦੇ? ਅਸੀਂ 230 ਕਰ ਸਕਦੇ ਸਰ, ਅਸੀਂ 220 ਕਰ ਰਹੇ ਹਾਂ ਛੋਟੀ ਗੱਡੀ, ਅਤੇ ਵੱਡੀ ਅਤੇ 400 ਕਰ ਸਕਦੇ ਹਾਂ, ਅਸੀਂ 370 ਕਰ ਰਹੇ ਹਾਂ। ਪੇਪਰ ਇਹਦਾ ਤੁਹਾਨੂੰ ਐਕਸਪਲੇਨ ਕਰੋ, ਜਿਹੜਾ ਇਹ ਭਾਰਤ ਸਰਕਾਰ ਦਾ ਗਜਟ ਵਿੱਚ ਨਵੀਂ ਅਮੈਂਡਮੈਂਟ ਹੈ ਸਰ। ਅੱਛਾ, ਇਹਦੇ ਮੁਤਾਬਕ ਤੁਸੀਂ 230 ਘੰਟੇ ਕਰ ਸਕਦੇ ਹੋ? 230 ਕਰ ਸਕਦੇ ਹਾਂ, ਅਸੀਂ 10 ਘੱਟ ਕਰਦੇ ਹਾਂ ਆਲਰੇਡੀ। ਆਹ ਪੇਪਰ ਜਿਹੜਾ ਇਹਦੇ ਬਾਰੇ ਐਕਸਪੀਰੀਅੰਸ ਕਰ ਦੋ, ਇਹ ਕਿਹੜਾ ਪੇਪਰ ਹੈ? ਇਹ ਮੈਂ ਮਾਨਯੋਗ ਡੀ ਸੀ ਸਾਹਿਬ ਨੂੰ ਅਸੀਂ ਬੇਨਤੀ ਪੱਤਰ ਦੇ ਕੇ ਆਏ, ਬੰਗਾਂ ਦਾ ਠੇਕੇਦਾਰ ਸੀ ਨਵਾਂਸ਼ਹਿਰ, ਅਸੀਂ ਇਕੱਠੇ ਹੋ ਕੇ ਦੇ ਕੇ ਆਏ ਜੀ। ਉਹਨਾਂ ਨੇ ਵੀ ਸਾਨੂੰ ਇਹ ਵਿਸ਼ਵਾਸ ਦਿੱਤਾ ਵੀ ਤੁਸੀਂ ਆਪਣਾ ਕੰਮ ਕਰੋ, ਫੂਡ ਗ੍ਰੇਨ ਦਾ ਕੰਮ ਹੈ, ਅਤੇ ਅਸੀਂ ਦੱਸਿਆ ਵੀ 9 ਘੰਟੇ ਸਾਨੂੰ ਸਪੈਸ਼ਲ ਭਰਨੀ ਪੈਂਦੀ ਹੈ, ਅਤੇ ਉਹ ਕਹਿੰਦੇ ਕੋਈ ਨਹੀਂ ਕੰਮ ਕਰੋ ਤੁਸੀਂ, ਇਹਦੇ ਬਾਰੇ ਕਿਸੇ ਬਾਹਰਲੇ ਅਧਿਕਾਰੀ ਨੂੰ ਕੋਈ ਹੱਕ ਨਹੀਂ, ਜੋ ਹੋਊਗਾ ਅਸੀਂ ਆਪ ਦੇਖਾਂਗੇ।